ਇਹ ਬਾਈ ਸਤਪਾਲ ਸਿੰਘ ਹੋਰੇ ਨੇ ਜਿਹੜੇ ਕਿ ਮੋਗੇ ਜ਼ਿਲ੍ਹੇ ਤੋਂ ਨੇ ਅਤੇ ਬਾਈ ਹੋਰੇ ਸਾਰਾ ਕੁਛ ਆਪਦਾ ਪੱਕਾ ਹੀ ਕਰਦੇ ਆ, ਠੇਕਾ ਕਰਦੇ ਹੈਗੇ ਮੱਕੀ ਦਾ ਅਚਾਰ ਵਗੈਰਾ ਪਾਉਣ ਦਾ। ਅਤੇ ਮੈਨੂੰ ਇੱਧਰ ਚੜ੍ਹ ਜਾਂਦੇ ਹੋ ਪਹਿਲਾਂ ਭਰਾਵੋ, ਦੇਖਿਓ ਕਿਤੇ ਆਹ ਟਰਾਲੇ ਵਗੈਰਾ ਟਰੈਕਟਰ ਵਗੈਰਾ ਆਹ ਜਿੰਨਾ ਤਾਮ ਝਾਮ ਚੱਕੀ ਫਿਰਦੇ ਨੇ, ਸਾਰਾ ਕੁਛ ਇਹਨਾਂ ਦਾ ਆਪਦਾ ਹੀ ਹੈ। ਟਰੈਕਟਰ ਆ ਪਿੱਛੇ ਦੂਜਾ ਉਹ, ਅਤੇ ਬਾਈ ਹੋਰਾਂ ਕੋਲ ਮੈਨੂੰ ਟਰੈਕਟਰ ਦੇਖ ਕੇ ਚੌ ਚੜ੍ਹੀ ਜਾਂਦਾ ਵੀ ਪਤੰਦਰ ਜਹਾਜ਼ ਜਿਹੜੇ ਟਰੈਕਟਰ ਚੱਕੀ ਫਿਰਦੇ, ਜਦੋਂ ਮੋਦੀ ਦੀ ਹਿੱਕ 'ਤੇ ਚਾੜ੍ਹ ਦੇਣਾ ਇਹ ਮੋਦੀ। ਬਾਈ ਦਿੱਲੀ ਵੀ ਜਾ ਕੇ ਆਏ ਹੋ ਧਰਨੇ 'ਤੇ? ਦਿੱਲੀ ਵੀ ਜਾ ਕੇ ਆਏ ਹੋ? ਕਿੱਥੇ ਬੈਠੇ ਨੇ ਤੁਹਾਡੇ ਬੰਦੇ? ਸਿੰਘੂ ਬਾਰਡਰ 'ਤੇ। ਅੱਛਾ ਬਾਈ, ਦੇਖੋ ਬਾਈ ਕਹਿੰਦਾ ਮੈਂ ਚਾਰ ਟਰਾਲੇ ਲੱਕੜਾਂ ਦੇ ਹਿੱਟ ਕੇ ਸੇਵਾ ਕਰਕੇ ਆਇਆ ਸਿੰਘੂ ਬਾਰਡਰ 'ਤੇ, ਅਤੇ ਹੁਣ ਬਾਈ ਹੁਰੀ ਆਪਦਾ ਕੰਮ ਕਰ ਰਹੇ ਨੇ। ਕਿਸੇ ਵੀ ਵੀਰ ਨੇ ਮੱਕੀ ਦਾ ਚਾਰ ਪਾਉਣਾ ਹੋਵੇ ਤਾਂ ਤੁਹਾਨੂੰ ਕੋਈ ਬੰਦੇ ਪੁੱਛਣ ਦੀ ਲੋੜ ਨਹੀਂ, ਕੋਈ ਲੇਬਰ ਨਹੀਂ, ਕੋਈ ਮਸ਼ੀਨ ਨਹੀਂ, ਕੋਈ ਸੰਦ ਨਹੀਂ, ਸੱਪਾਂ ਨਹੀਂ, ਕਿਸੇ ਕੋਲ ਜਾਣ ਦੀ ਲੋੜ ਨਹੀਂ, ਸਾਰਾ ਕੁਛ ਬਾਈ ਹੁਰਿਆਂ ਕੋਲ ਆਪਦਾ ਹੀ ਹੈ। ਹੁਣ ਕਿਹਾ ਡੈੱਕ ਦੀ ਆਵਾਜ਼ ਘੱਟ ਰੱਖੀ, ਡੈੱਕ ਦੀ ਆਵਾਜ਼ ਘੱਟ ਰੱਖੀਂਗਾ। ਇੱਕ ਬੇਨਤੀ ਹੈ ਵੀ ਜਿਹੜੇ ਵੀ ਬਾਈ ਆਈ ਜਾਂਦੇ ਨੇ ਹੈ ਨਾ, ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਭਰਾਵੋ, ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਅੱਜ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਮੱਕੀ ਦਾ ਕੋਤਰਾ ਮਸ਼ੀਨਾਂ ਨੇ ਕਿਵੇਂ ਉਹ ਕਰਤਾ, ਦਿਨਾਂ ਦਾ ਕੰਮ ਕਿਵੇਂ ਘੰਟਿਆਂ 'ਚ ਮੁਕਾਤਾ। ਹੈ ਕੋਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਭਰਾ, ਹੈ ਨਾ, ਇੰਨੀ ਕੁ ਬੇਨਤੀ ਹੈ ਸਾਰੇ ਵੀਰਾਂ ਨੂੰ। ਦੰਦਾ ਦੰਦਾ ਬਾਈ, ਦੰਦਾ ਲਿਆ ਫੜਾ ਦੇ ਮੈਨੂੰ, ਨਾ ਇਹ ਆਪਾਂ ਇਹਦੇ ਪਾ ਪਾ ਦਿੰਦੇ ਵਿੱਚ ਦਿਖਾ ਦਿੰਦੇ ਹਾਂ। ਨੰਬਰ ਨੁੰਬਰ ਤਾਂ ਨਹੀਂ ਕੱਟਣਾ ਕੋਈ? ਨਾ, ਨੰਬਰ ਕੱਟਣ ਦੀ ਕੀ ਇਹਦੇ, ਨੰਬਰ ਨਹੀਂ ਹੈਗਾ ਲਿਖਿਆ ਵਿਆ ਆਇਆ। ਆਹ ਬਾਈ ਹੋਰਾਂ ਦਾ ਕਾਰਡ ਹੈ, ਮਿੱਕੀ ਖੜਵੰਦਾ ਬਾਈ ਹੋਰਾਂ ਕੋਲ, ਜਗਤਜੀਤ ਦੀ ਕੰਪਨੀ ਹੈ। ਮੈਨੂੰ ਕਹਿੰਦੇ ਅਸੀਂ ਤੁਹਾਡੇ ਹਰੀਗੜ੍ਹ ਪਿੰਡ ਵੀ ਦੀ ਲੰਘਦੇ ਹੁੰਦੇ ਹਾਂ। ਇੱਧਰ ਦੇਖੋ ਬਾਈ ਵੀ ਕਿਵੇਂ ਉਤਰਦੀ ਜਾਂਦੀ ਹੈ ਸਾਰਾ ਕੁਛ, ਘੰਟਿਆਂ ਦਾ ਕੰਮ, ਦਿਨਾਂ ਦਾ ਕੰਮ ਘੰਟਿਆਂ ਦੇ ਵਿੱਚ, ਮਿੰਟਾਂ ਸਕਿੰਟਾਂ ਦੇ ਵਿੱਚ ਨਿਬੇੜਦੀ ਹੈ। ਖਾਪਰੇ ਵੜਦੀ ਤੁਰੀ ਜਾਂਦੀ ਹੈ ਬਾਈ, ਕਿੱਥੇ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਿਹੜਾ ਇਹ ਮੱਕੀ ਵਾਲਾ ਹੋ ਨਾ, ਬਹੁਤ ਹੀ ਜ਼ਿਆਦਾ ਵਧੀਆ। ਬਹੁਤ ਬਰੀਕ ਹੈ ਬਾਈ ਕਹਿੰਦਾ, ਬਰੀਕ ਬਹੁਤ ਟੋਕਾ ਕਰਦੀ ਆ ਬਾਈ। ਇਹ ਵੀ ਨਜ਼ਾਰਾ ਵੱਖਰਾ ਹੀ ਆ ਮਿੱਤਰੋ ਖੇਤਾਂ ਦਾ। ਮੈਂ ਉਰੇ ਖੜ ਜਾ, ਚਲੋ ਵੀ ਆਪਾਂ ਚੜ ਗਏ ਬਾਈ ਟਰਾਲੀ ਦੇ, ਇੱਥੇ ਚੱਲਣ ਦੇ ਚੱਲਣ ਦੇ ਚੱਲਣ ਦੇ। ਇਹ ਬਾਈ ਸਰਾਭਾ ਪਿੰਡ ਆ, ਸਰਾਭਾ ਇੱਧਰ ਤੁਸੀਂ ਦੇਖ ਸਕਦੇ ਬਾਈ, ਮੇਥੇ ਦੀ ਆਪਦੀ ਪੁਦੀਨੇ ਦੀ ਖੇਤੀ ਹੈ ਬਾਈ, ਮੈਂਥੇ ਦੀ ਖੇਤੀ ਪੁਦੀਨੇ ਦੀ। ਬਾਈ ਬਰੀਕ ਬਹੁਤ ਕਰ ਦਿੰਦੀ ਹੈ, ਬਿਲਕੁਲ ਸਹੀ ਗੱਲ ਆ ਬਾਈ ਦੇ, ਜਮੀ ਚੂਰਾ ਬਣਾਤਾ। ਬਾਈ ਹੁਰੀਆਂ ਆਪਦੀ ਵਿਉਂਤਬੰਦੀ ਕਰ ਰਹੇ ਨੇ,
ਤੇ ਸ਼ੇਅਰ ਜ਼ਰੂਰ ਕਰ ਦਿਓ ਵੀਰ ਬਣ ਕੇ, ਹੈ ਨਾ, ਜਿੰਨੇ ਵੀ ਵੀਰ ਦੇਖ ਰਹੇ ਨੇ। ਬੰਦੇ ਆਪਣੇ ਨਾਲ ਘੱਟ ਜੁੜੇ ਨੇ ਬਾਈ, 9 ਕੀ ਜੁੜੇ ਨੇਗੇ, ਸ਼ੇਅਰ ਕਰ ਦਿਓ ਭਰਾ ਬਣ ਕੇ ਵੀ ਬੰਦੇ ਆਪਣੇ ਨਾਲ ਘੱਟੋ ਘੱਟ 100 ਹੋਣਾ ਚਾਹੀਦਾ। ਇੱਧਰ ਦੇਖ ਲਓ ਬਾਈ, ਪੁਦੀਨੇ ਦੀ ਖੇਤੀ ਆ, ਇਹਨੂੰ ਮੈਂਥੇ ਦੀ ਖੇਤੀ ਕਹਿ ਜਾਂਦੇ ਆ, ਪੁਦੀਨੇ ਦੀ। ਅਤੇ ਹੋ ਤੱਕ ਦੇਖ ਲਓ ਉਹੀ ਲਾਇਆ ਪਿਆ, ਆਹੀ ਹੁਣ 10-20 ਦਿਨ ਦੇ ਵਿੱਚ ਆਹ ਵਾਹਣ ਵਿਹਲਾ ਹੋ ਜਾਣਾ। ਕੀ ਗੱਲ ਬਾਈ, ਬੰਦ ਕਰਤੀ? ਅੱਛਾ, ਇੱਕ ਬਾਈ ਮੈਨੂੰ ਆਹ ਦੱਸੋ, ਇਹਦੇ ਬਾਰੇ ਹੈਗੀ ਤੁਹਾਨੂੰ ਜਾਣਕਾਰੀ, ਕਿਹਦਾ ਖੇਤ ਆ ਇਹ ਬਾਈ ਜਿਹੜਾ ਪੁਦੀਨੇ ਵਾਲੀ ਖੇਤੀ ਕਰੀ ਵੀ ਹੈ? ਸਹੀ ਗੱਲ ਆ ਬਾਈ, ਬਹੁਤ ਵਧੀਆ ਟੇਸਟ ਹੈ ਇਹ ਬਾਈ। ਕਿੰਨੇ ਟਾਈਮ ਤੱਕ ਵਾਹਣ ਪਿਆ? ਜੀਰੀ ਲੱਗ ਗਈ ਵਿੱਚ, ਹੈ ਨਾ? ਇਹ ਹੁਣ ਕਣਕ ਵੱਢ ਕੇ ਲਾਇਆ ਇਹਨਾਂ ਨੇ? ਅੱਛਾ, ਮੱਕੀ ਤੇ ਇਹ ਇਕੱਠੇ ਲੱਗੇ ਨੇ, ਜਾਣੂ ਆਲੂ ਵਾਲੇ ਵਾਹਣ ਦੇ ਵਿੱਚ ਵੀ ਮੰਨ ਕੇ ਲਓ ਇਹ 3-3 ਫਸਲਾਂ ਲਾ ਰਹੇ ਨੇ। ਇਹ ਵਿਕਦਾ ਕਿੱਥੇ ਪਤਾ ਹੋਊ ਤੁਹਾਨੂੰ? ਅੱਛਾ, ਇਹਦਾ ਬਣਦਾ ਕੀ ਹੈ? ਅੱਛਾ, ਪੁਦੀਨੇ ਦਾ ਤੇਲ ਨਿਕਲਦਾ ਹੈ। ਪਿਪਰਾਮੈਂਟ ਗੱਲ ਠੰਡੀ ਕਰਨ ਵਾਸਤੇ ਪਾਉਣੇ ਹੁੰਦੇ ਆ, ਬਸ ਠੀਕ ਹੈ। ਕਈ ਸਾਡੇ ਵੀਰ ਸਮਝ ਗਏ ਹੋਣਗੇ ਵੀ ਗੱਲ ਠੰਡਾ ਕਰਨ ਵਾਸਤੇ ਸਮਾਨ ਕਦੋਂ ਪੈਂਦਾ ਹੈ ਬਈ। ਇਹ ਸਾਬ ਤਾਂ ਹੀ ਪਾਲੇ ਯਾਰ ਤੇਰੇ ਹਿਸਾਬ ਨਾਲ ਵੀ, ਇਹੀ ਮਾਰੇ ਢੋਲ 'ਚ, ਹੈ ਨਾ, ਜੇ ਇਹੀ ਮਾਰੇ ਢੋਲ 'ਚ ਠੀਕ ਹੈ। ਜੇ ਪਿਪਰਾਮੈਂਟ ਮੰਨ ਲਾ ਉਹਦਾ ਕੈਮੀਕਲ ਪਾਉਣ ਨਾਲ, ਗੋਲੀ ਪਾਉਣ ਨਾਲ, ਇਸੇ ਨੂੰ ਮਾਰੇ ਵੱਢ ਕੇ ਪੰਡ ਵਿੱਚ, ਸਹੀ ਹੈ ਨਾ? ਓਰੀਜਨਲ ਚੀਜ਼ ਹੈ, ਅੱਖਾਂ ਦੇ ਸਾਹਮਣੇ ਆ ਜਮਾਂ। ਸਹੀ ਗੱਲ ਆ ਬਾਈ ਦੀ, ਲੱਖ ਰੁਪਏ ਦੀ ਗੱਲ ਹੈ ਇਹ। ਤੁਸੀਂ ਕਿਵੇਂ ਖੋਲ੍ਹਣਾ, ਕਿਵੇਂ ਕਰਨਾ ਹੁਣ? ਅੱਛਾ, ਸੈਟੋਮੈਟ ਕੀ ਹੋ ਜਾਣਗੇ ਵਿੱਚ? ਮੈਨੂੰ ਦੇਖਾਂਗੇ ਫਿਰ, ਕਮਾਲ ਦੀ ਗੱਲ ਆ ਯਾਰ। ਮੈਨੂੰ ਤਾਂ ਇਹਦੀ ਮਹਾਂ ਕਿਤੇ ਖੋਲੋਗੇ, ਮਹਾਂ ਵਿਚਾਰਿਆਂ ਦੇ ਕੰਮ 'ਚ ਖੜਾਲ ਪੈ ਗਈ। ਇਹ ਹੁਣ ਆਟੋਮੈਟਿਕ ਦਿਖੇ ਹੋਣਗੇ ਬਾਈ, ਮੈਨੂੰ ਦੱਸੀ ਮਾੜਾ ਜਿਹਾ ਕਿਵੇਂ ਉਹ ਹੋਣਗੇ? ਹਜੇ ਲੱਗਾ ਨੀ, ਅੱਛਾ ਨਾਮ ਹੀ ਲਾਇਆ ਸੀ। ਹੋ ਦੇਖੋ ਬਾਈ, ਚੰਗਿਆੜੇ ਨਿਕਲਦੇ, ਬਿਲਕੁਲ ਸਹੀ ਗੱਲ ਹੈ। ਉਹ ਜਿਹੜੇ ਤੁਹਾਨੂੰ ਵਿੱਚ ਚਿੱਟੇ ਚਿੱਟੇ ਦੇਖਦੇ ਆ, ਉਹ ਚੰਗਿਆੜੇ ਆ, ਉਹਨੂੰ ਆਟੋਮੈਟਿਕ ਤਿੱਖਾ ਕਰਦੇ ਆ। ਸਹੀ ਗੱਲ, ਉਹ ਚੰਗਿਆੜੇ ਦਿੰਦੇ ਆ ਬਾਈ, ਵੀਡੀਓ 'ਚ ਹੋ ਸਕਦਾ ਘੱਟ ਦਿੰਦੇ ਹੁਣ, ਆਟੋਮੈਟਿਕ ਜਿਹੜੇ ਬਲੇਡ ਨੇ ਉਹ ਤਿੱਖੇ ਹੋ ਰਹੇ ਨੇ। ਮਸ਼ੀਨਰੀ ਯੁੱਗ ਨੇ ਬਾਈ, ਇਸੇ ਕਰਕੇ ਉਹਨਾਂ ਨੂੰ ਪਤਾ ਸੀਗਾ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਸਾਡੇ ਬੰਦੇ ਨੇ ਨਾ ਵੀ ਉਹ ਕੰਮ ਕਰਨ ਨੂੰ ਹਟ ਜਾਣਗੇ, ਇਸੇ ਕਰਕੇ ਮਸ਼ੀਨਰੀ ਯੁੱਗ ਉਹਨਾਂ ਨੇ ਕਿਸੇ ਦੇਖ ਕੇ ਕਿਸੇ ਲੋੜ ਨੂੰ ਹੀ ਕੱਢਿਆ ਸੀਗਾ। ਅੱਛਾ, ਆਹ ਤਾਂ ਮੁੱਠਾ ਲਾਇਆ ਹੋਇਆ ਵੀ ਇਹ ਉਹਨਾਂ ਨੂੰ ਟੇਢੇ ਕਰ ਦਿੰਦਾ ਹੈ। ਠੀਕ ਹੈ, ਆਹੋ ਜਾਂ ਦੁਪਹਿਰ ਨੂੰ ਜਾਂ ਸਵੇਰੇ ਸੀ।